ਸਤਿ ਸ੍ਰੀ ਅਕਾਲ ਦੋਸਤੋ ਅਗਲੀ ਕਾਫੀ ਪੜ੍ਹਦੇ ਹਾਂ ਵਾਹ ਸੋਹਣਿਆ ਤੇਰੀ ਚਾਲ ਅਜਾਇਬ ਇੱਥੇ ਬੁੱਲੇ ਸ਼ਾਹ ਜੀ ਨੇ ਆਪਣੇ ਪ੍ਰੀਤਮ ਦੀ ਚਾਲ ਦੀ ਗੱਲ ਕੀਤੀ ਆ ਕਿ ਤੇਰੀ ਚਾਲ हे ਮੇਰੇ ਪ੍ਰੀਤਮ ਤੇਰੀ ਚਾਲ ਬਹੁਤ ਵਧੀਆ ਆ ਲਟਕਾਂ ਨਾਲ ਚਲਿੰਦੇ ਹੋ ਤੁਸੀਂ ਬੜੀ ਮਸਤੀ ਵਿੱਚ ਚੱਲਦੇ ਹੋ ਬੇਸਿਕਲੀ ਸਿਫਤ ਦੀ ਗੱਲ ਕੀਤੀ ਆ ਆਪਣੇ ਪ੍ਰੀਤਮ ਦੀ ਸਿਫਤ ਕੀਤੀ ਆ ਆਪੇ ਜਾਹਿਰ ਆਪੇ ਬਾਤਿੰ ਆਪੇ ਲੁਕ-ਲੁਕ ਬੰਦੇ ਹੋ ਵੀ ਇਹ ਪਰਮਾਤਮਾ ਜਿਹੜਾ ਜ਼ਾਹਿਰ ਰੂਪਾ ਰੱਬ ਦਾ ਤੇ ਜਿਹੜਾ ਬਾਤਨ ਲੁਕਿਆ ਹੋਇਆ ਗੁਪਤ ਰੂਪ ਉਹ ਤੂੰ ਹੀ ਆ ਉਹ ਤੂੰ ਹੀ ਆ ਕੋਈ ਅਲੱਗ ਨਹੀਂ ਇਹ ਜ਼ਾਹਿਰ ਤੇ ਬਾਤਨ ਸੇਮ ਚੀਜ਼ ਆ ਤੇ ਲੁਕ ਲੁਕ ਬੰਦੇ ਹੋ ਸਾਡੇ ਕੋਲ ਸ਼ੁਭ ਸ਼ੁਭ ਕੇ ਵੀ ਤੁਸੀਂ ਹੀ ਰਹਨੇ ਹੋ ਭਾਵੇਂ ਸਾਡੇ ਨਾਲ ਪ੍ਰੀਤ ਪਾ ਕੇ ਜਿੰਨ ਸਾਨੂੰ ਵਿਛੋੜਾ ਦਿੱਤਾ ਉਹ ਵੀ ਤੁਸੀਂ ਆ ਤੇ ਹਰ ਛੈ ਵਿੱਚ ਤੁਸੀਂ ਵੱਸਦੇ ਹੋ ਆਪੇ ਮੁੱਲਾ ਆਪੇ ਕਾਜੀ ਆਪੇ ਇਲਮ ਪੜਦੇ ਹੋ ਮੁੱਲਾ ਕਾਜੀ ਇਹ ਕੀ ਹੈ ਜੀ ਧਾਰਮਿਕ ਵਿਦਵਾਨ ਮੁੱਲਾ ਜਿਹੜਾ ਪੜਾਉਂਦਾ ਆ ਮਦਰਸੇ ਵਿੱਚ ਕਾਜੀ ਜਿਹੜਾ ਲੀਗਲ ਮੈਟਰਸ ਦੇ ਉੱਤੇ ਰਾਏ ਦਿੰਦਾ ਆ ਆਪੇ ਇਲਮ ਪੜਦੇ ਹੋ ਇਹ ਸਭ ਕੌਣ ਆ ਜੀ ਗਿਆਨ ਦੇਣ ਵਾਲੇ ਵੀ ਤੁਸੀਂ ਹੀ ਹੋ ਇਹਨਾਂ ਵਿੱਚ ਵੀ ਤੁਹਾਡੇ ਹੀ ਅੰਸ਼ਾ ਜੀ ਤੁਸੀਂ ਹੀ ਨਿਵਾਸ ਕਰਦੇ ਹੋ ਸਾਰੇ ਜਗਤ ਵਿੱਚ ਤੁਸੀਂ ਹੀ ਹੋ ਵਰਤਦੇ ਵਾਹ ਸੋਣਿਆ ਤੇਰੀ ਚਾਲ ਅਜਾਇਬ ਲਟਕਾ ਨਾਲ ਚਲਿੰਦੇ ਹੋ ਕੱਤ ਜਨਾਰ ਕੁਫਰ ਦਾ ਗੱਲ ਵਿੱਚ ਜਨਾਰ ਹੁੰਦਾ ਜੀ ਜਨੇਉ ਵੀ ਤੁਸੀਂ ਗੱਲ ਚ ਜਨੇਉ ਪਾ ਕੇ ਬੁੱਤਖਾਨੇ ਵੜ ਬੈਂਦੇ ਹੋ ਬੁੱਤਖਾਨਾ ਹੁੰਦਾ ਜੀ ਮੰਦਿਰ ਜਿੱਥੇ ਮੂਰਤੀ ਬੁੱਤ ਦੀ ਪੂਜਾ ਹੁੰਦੀ ਆ ਉਹ ਹੋ ਗਿਆ ਜੀ ਮੰਦਿਰ ਮੰਦਿਰ ਵਿੱਚ ਵੀ ਇਹ ਪਰਮਾਤਮਾ ਤੂੰ ਹੀ ਨਿਵਾਸ ਕਰਦਾ ਹੈ ਲੌ ਲਾਕ ਲੰਮਾ ਅਫਲਾਕ ਵਿਚਾਰੋ ਅਫਲਾਕ ਹੋ ਗਿਆ ਜੀ ਆਕਾਸ਼ ਵਗੈਰਾ ਲੌ ਲਾਕ ਹੋ ਗਿਆ ਜੀ ਜਿੰਨਾ ਸਾਰਾ ਸੰਸਾਰ ਆ ਇਹ ਵਜੂਦ ਆ ਅਸਮਾਨ ਆ ਧਰਤੀ ਆ ਇਹ ਸਭ ਕੁਝ ਕੀ ਹੈ ਜੀ ਤੇਰਾ ਹੀ ਕੀਤਾ ਹੋਇਆ ਆ ਹਾਪੇ ਤੋਂ ਮਚਿੰਦੇ ਹੋ ਤਾਂ ਇਹਦੇ ਵਿੱਚ ਜੋ ਇਸ ਸੰਸਾਰ ਵਿੱਚ ਜੋ ਉਸ ਪਰਮਾਤਮਾ ਦੀ ਤੁਮ ਪਈਆ ਉਹ ਵੀ ਤੂੰ ਆਪ ਹੀ ਮਚਾਈ ਐ ਵਾਹ ਸੋਣਿਆ ਤੇਰੀ ਚਾਲ ਅਜਾਇਬ ਲਟਕਾ ਨਾਲ ਚਲਿੰਦੇ ਹੋ ਜਾਤ ਤੋਂ ਹੈ ਅਸ਼ਰਾਫ ਰਾਂਝੇਟਾ ਅਸ਼ਰਾਫ ਹੋ ਗਿਆ ਜੀ ਉੱਚੇ ਕੁਲ ਦਾ ਰਾਂਝਾ ਮੇਰਾ ਪ੍ਰੀਤਮ ਉੱਚੇ ਕੁਲ ਦਾ ਸੀ ਜਾਤ ਵਿੱਚ ਲਾਈਆਂ ਦੀ ਲਜ ਰਖਿੰਦੇ ਹੋ ਫਿਰ ਵੀ ਉਸ ਨੂੰ ਜਦੋਂ ਪ੍ਰੀਤ ਹੋਈ ਤਾਂ ਉਹ ਆਪਣੀ ਪ੍ਰੀਤ ਦੀ ਲਾਜ ਰੱਖਦਾ ਆ ਉਹ ਇਹ ਨਹੀਂ ਦੇਖਦਾ ਕਿ ਜਿਸ ਨਾਲ ਮੇਰੀ ਪ੍ਰੀਤ ਹੈ ਉਹਦੀ ਕਿਹਦੀ ਯਾਦ ਆ ਨਹੀਂ ਉਹ ਲਾਈਆਂ ਦੀ लाज ਰੱਖਦੇ ਆ ਜਿੱਥੇ ਲੱਗੀਆਂ ਉਸ ਦੀ ਰਿਸਪੈਕਟ ਕਰਦੇ ਆ ਉਹਦੀ लाज ਰੱਖਦੇ ਆ ਬੁੱਲਾ ਸ਼ਾ ਇਨਾਇਤ ਮੈਨੂੰ ਪਲ-ਪਲ ਦਰਸ਼ਨ ਦਿੰਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਉਸ ਇਨਾਇਤ ਮੇਰੇ ਸ਼ਾ ਇਨਾਇਤ ਮੁਰਸ਼ਿਦ ਦੀ ਕਿਰਪਾ ਦੁਆਰਾ ਮੈਨੂੰ ਰੱਬੀ ਗਿਆਨ ਹੋਇਆ ਤੇ ਮੈਨੂੰ ਆਪਣੇ ਇਹ ਮੈਨੂੰ ਪ੍ਰੀਤਮ ਦੇ ਦیدار ਹੋਣ ਲੱਗ ਗਏ ਤੇ ਪਲ-ਪਲ ਮੈਨੂੰ ਉਸਦੇ ਦਰਸ਼ਨ ਹੋਣ ਲੱਗ ਗਏ ਵਾਹ ਸੋਨਿਆ ਤੇਰੀ ਚਾਲ ਅਜਾਇਬ ਲਟਕਾ ਨਾਲ ਚਲਿੰਦੇ ਹੋ ਅਗਲੀ ਕਾਫੀ ਦੇਖੋ ਜੀ ਵਾਹ ਵਾਹ ਛਿੰਝ ਪਈ ਦਰਬਾਰ ਉਸ ਰੱਬ ਦੇ ਦਰਬਾਰ ਵਿੱਚ ਉਸ ਰੱਬ ਦੇ ਦਰਬਾਰ ਕਿਹੜਾ ਜੀ ਇਹ ਸਾਰਾ ਸੰਸਾਰ ਰੱਬ ਦਾ ਹੀ ਦਰਬਾਰ ਆ ਛਿੰਝ ਮਤਲਬ ਛਿੰਝ ਹੁੰਦਾ ਜੀ ਕੁਸ਼ਤੀਆਂ ਦੇ ਮੁਕਾਬਲੇ ਇੱਥੇ ਛਿੰਝ ਸ਼ਬਦ ਵਰਤਿਆ ਗਿਆ ਆ ਕਈ ਪ੍ਰਕਾਰ ਦੇ ਰੰਗ ਤਮਾਸ਼ੇ ਹੋ ਰਹੇ ਆ ਇਸ ਦੁਨੀਆ ਵਿੱਚ ਤੇ ਇਸ ਰੱਬ ਦੇ ਦਰਬਾਰ ਵਿੱਚ ਕਈ ਪ੍ਰਕਾਰ ਦੇ ਰੰਗ ਤਮਾਸ਼ੇ ਹੋ ਰਹੇ ਆ ਖਲਕ ਤਮਾਸ਼ੇ ਆਈ ਜਾਣ ਤੇ ਖਲਕ ਹੁੰਦੇ ਲੋਕ ਲੋਕ ਇਹ ਤਮਾਸ਼ਾ ਦੇਖ ਰਹੇ ਆ ਜੀ ਦੇਖੋ ਜੀ ਰੱਬ ਦੀ ਰਚੀ ਦੁਨੀਆ ਵਿੱਚ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਹੋ ਰਹੇ ਹਨ ਅਤੇ ਜਿਵੇਂ ਕੁਸ਼ਤੀਆਂ ਦੇ ਮੁਕਾਬਲੇ ਵੇਖਣ ਲਈ ਲੋਕ ਇਕੱਠੇ ਹੁੰਦੇ ਸਨ ਉਵੇਂ ਲੋਕ ਉਸ ਤੇ ਰੰਗ ਤਮਾਸ਼ੇ ਵੇਖ ਰਹੇ ਹਨ ਅਸਾਂ ਅੱਜ ਕੀ ਕੀਤਾ ਕੱਲ ਕੀ ਕਰਨਾ ਪਟ ਅਸਾਡਾ ਆਇਆ ਵੀ ਇਹ ਇਨਸਾਨ ਅਸੀਂ ਅੱਜ ਕੱਲ ਕੀ ਕਰਦੇ ਪਏ ਆ ਅਸੀਂ ਦੁਨੀਆਵੀ ਚੀਜ਼ਾਂ ਵਿੱਚ ਗਲਤਾਨਾ ਇਸ ਕੱਢ ਕਰਕੇ ਸਾਡਾ ਇਸ ਦੁਨੀਆ ਤੇ ਆਉਣਾ ਪਾਠਾ ਜੀ ਪਾਠਾ ਮਤਲਬ ਕਿਸੇ ਕਾਮਦਾਨੀ ਐਸੀ ਵਾਹ ਕਿਆਰੀ ਬੀਜੀ ਚਿੜੀਆਂ ਖੇਤ ਮਜਾਇਆ ਮਜਾਇਆ ਮਤਲਬ ਉਜਾਰ ਦਿੱਤਾ ਅਸੀਂ ਇਸ ਸੰਸਾਰ ਵਿੱਚ ਆ ਕੇ ਅਜਿਹੀ ਕਿਆਰੀ ਬੀਜੀ ਪਰ ਅਸੀਂ ਅਸੀਂ ਰੱਬ ਦਾ ਨਾਮ ਨਹੀਂ ਲਿਆ ਅਸੀਂ ਚੰਕੇ ਕੰਮ ਨਹੀਂ ਕੀਤੇ ਅਸੀਂ ਦੁਨਿਆਵੀ ਕੰਮਾਂ ਵਿੱਚ ਦੁਨਿਆਵੀ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਰਹੇ ਤਾਂ ਫਿਰ ਚਿੜੀਆਂ ਖੇਤ ਪੁੰਜਾਇਆ ਤਾਂ ਸਾਡੀ ਹਾਲਤ ਇਸ ਤਰ੍ਹਾਂ ਦੀ ਜਿਹਾ ਕਿ ਜਿਸ ਤਰ੍ਹਾਂ ਸਾਡੇ ਜਿਸ ਤਰ੍ਹਾਂ ਚਿੜੀਆਂ ਨੇ ਖੇਤ ਉਜਾੜ ਦਿੱਤਾ ਹੋਵੇ ਠੀਕ ਹੈ ਨਾ ਇਸ ਤਰ੍ਹਾਂ ਦੀ ਅਸੀਂ ਕਿਆਰੀ ਬੀਜੀ ਕਿ ਚਿੜੀਆਂ ਨੇ ਸਾਡਾ ਖੇਤ ਉਜਾੜ ਦਿੱਤਾ ਹੋਵੇ ਤੇ ਉਹ ਹਾਲਤਾ ਸਾਡੇ ਜਿਹੜੇ ਮਗਰ ਪਿਆਦੇ ਲੱਗੇ ਉੱਠ ਚੱਲੇ ਪਹੁੰਤੇ ਤਾਰ ਪਿਆਤੇ ਹੋਗੇ ਜੀ ਪੈਦਲ ਜਿਹਦੇ ਸਾਡੇ ਪਿੱਛੇ ਸੀਗੇ ਪੈਦਲ ਚੱਲਦੇ ਆ ਰਹੇ ਸੀ ਉੱਠ ਚੱਲੇ ਪਹੁੰਤੇ ਤਾਰ ਪਹੁੰਚੇ ਮਤਲਬ ਪਹੁੰਚ ਗਏ ਸਾਡੇ ਤੋਂ ਬਾਅਦ ਵਿੱਚ ਚੱਲਣ ਵਾਲੇ ਭਾਵੇਂ ਉਹ ਪੈਦਲ ਆ ਰਹੇ ਸੀ ਉਹ ਉਹ ਪਹੁੰਚ ਗਏ ਆਪਣੀ ਮੰਜ਼ਿਲ ਤੇ ਪਰ ਅਸੀਂ ਅਸੀਂ ਕੀ ਹੈ ਜੀ ਅਸੀਂ ਦੁਨੀਆਵੀ ਗੱਲਾਂ ਵਿੱਚ ਹੀ ਲੱਗੇ ਰਹੇ ਇਸ ਕਰਕੇ ਅਸੀਂ ਪਿੱਛੇ ਰਹਿ ਗਏ ਵਾ ਵਾਂ ਛਿੰਜ ਪਈ ਦਰਬਾਰ ਇੱਕ ਊਲਾਮਾ ਸਈਆਂ ਦਾ ਹੈ ਦੂਜਾ ਹੈ ਸੰਸਾਰ ਇੱਕ ਪਾਸੇ ਸਾਡੀ ਪ੍ਰੀਤ ਉਸ ਪ੍ਰੀਤਮ ਨਾਲ ਪਈ ਹੈ ਜੀ ਤੇ ਇੱਕ ਇਹ ਗੱਲ ਹੋ ਗਈ ਵੀ ਅਸੀਂ ਅਸੀਂ ਇਹ ਕਿਤਾ ਆਪਣੇ ਪ੍ਰੀਤਮ ਨਾਲ ਤੇ ਸਾਨੂੰ ਸ਼ਿਕਾਇਤ ਆ ਕਿ ਸਾਨੂੰ ਮਿਲਾਪ ਨਹੀਂ ਹੋ ਰਿਹਾ ਇੱਕ ਇੱਧਰ ਅਸੀਂ ਫਸੇ ਹੋਏ ਹਾਂ ਤੇ ਦੂਜਾ ਸਾਨੂੰ ਸੰਸਾਰ ਵੀ ਕੀ ਹੈ ਜੀ ਉਹ ਕਹਿੰਦਾ ਪਿਆ ਆ ਐ ਤਾਨੇ ਮੇੜੇ ਮਾਰਦਾ ਪਿਆ ਆ ਕਿ ਤੂੰ ਕਿਹੜੇ ਕੰਮਾਂ 'ਚ ਪਿਆ ਆ ਇਹ ਗੱਲਾਂ ਸਮਾਜਿਕ ਤੌਰ ਤੇ ਸਹੀ ਨਹੀਂ ਤੇ ਦੋਹਾਂ ਪਾਸਿਆਂ ਤੋਂ ਸਾਨੂੰ ਨਮੋਸ਼ੀ ਹੀ ਹੋ ਰਹੀ ਆ ਨੰਗ ਨਮੋਸ ਇੱਥੋਂ ਦੇ ਇੱਥੇ ਤੇ ਇਸ ਕਰਕੇ ਸਾਨੂੰ ਸ਼ਮਲ ਸ਼ਰਮਸ਼ਾਰ ਹੋਣਾ ਪੈ ਰਿਹਾ ਆ ਜਾਂ ਦੂਸਰੇ ਸ਼ਬਦਾਂ ਵਿੱਚ ਕਹੀਏ ਕਿ ਨੰਗ ਨਮੋਸ ਇੱਥੋਂ ਦੇ ਇੱਥੇ ਲਾਹ ਪੰਗੜੀ ਪੋਏ ਪਾ ਮਾਰਾ ਵੀ ਜਿਦ ਆਪਣੀ ਪੱਗ ਲਾ ਕੇ ਅਸੀਂ ਧਰਤੀ ਤੇ ਮਾਰਦੇ ਆਂ ਵੀ ਇੱਕ ਹਿਸਾਬ ਦੀ ਸਾਡੀ ਇਹ ਇੱਜ਼ਤ ਲੱਤ ਗਈ ਤੇ ਸਾਨੂੰ ਸਾਡਾ ਪਾਰ ਉਤਾਰਾ ਨਹੀਂ ਹੋਇਆ ਸਾਨੂੰ ਸ਼ਰਮਸ਼ਾਰ ਹੋਣਾ ਪੈ ਰਿਹਾ ਆ ਇੱਥੋਂ ਦੇ ਇੱਥੇ ਸਾਡਾ ਪਾਰ ਉਤਾਰਾ ਨਹੀਂ ਹੋ ਰਿਹਾ ਅਸੀਂ ਇੱਥੋਂ ਦੇ ਇੱਥੇ ਹੀ ਰਹਿ ਗਏ ਆ ਸਾਨੂੰ ਸ਼ਰਮਸ਼ਾਰ ਹੋਣਾ ਪੈ ਰਿਹਾ ਆ ਲਾ ਪਗੜੀ ਪੋਏ ਮਾਰ ਅਜਿਹੀ ਹਾਲਤਾ ਕਿ ਅਸੀਂ ਲਾ ਪਗੜੀ ਪਗੜੀ ਲਾਉਣੇ ਮਤਲਬ ਆਪਣੀ ਇੱਜ਼ਤ ਗਵਾ ਰਹੇ ਆਂ ਤੇ ਬੇਸਿਕਲੀ ਇਹੀ ਹੈ ਜੀ ਵੀ ਅਸੀਂ ਰੱਬ ਦੇ ਪੱਖੋਂ ਵੀ ਸਾਡਾ ਮਲਾਪ ਨਹੀਂ ਹੋ ਰਿਹਾ ਤੇ ਦੁਨੀਆਦਾਰੀ ਪੱਖੋਂ ਵੀ ਸਾਨੂੰ ਨਮੋਸ਼ੀ ਹੀ ਹੋ ਰਹੀ ਆ ਉੱਥੇ ਵੀ ਸਾਨੂੰ ਤਾਣੇ ਤਾਨੇ ਮੇੜੇ ਮਿਲਦੇ ਪਏ ਆ ਤੇ ਅਸੀਂ ਸ਼ਰਮਸਾਲ ਹੋ ਰਹੇ ਆ ਨਾਮ ਸਾਈ ਦੇ ਕੰਡੇ ਲਵਾਏ ਖਿਲ ਪਈ ਗੁਲਜਾਰ ਜੇ ਰੱਬ ਦੇ ਨਾਮ ਦੇ ਅਸੀਂ ਕੰਡੇ ਵੀ ਬੀਜੀਏ ਤਾਂ ਵੀ ਤਾਂ ਵੀ ਗੁਲਜਾਰ ਹੋ ਜਾਂਦਾ ਆ ਤਾਂ ਵੀ ਬਾਗ ਬਾਗ ਵਿੱਚ ਬਹਾਰ ਹੋ ਜਾਂਦੀ ਆ ਤਾਂ ਵੀ ਫੁੱਲ ਖਿੜਦੇ ਆ ਠੀਕ ਨੱਡਾ ਗਿਰਦਾ ਬੁੱਢਾ ਗਿਰਦਾ ਆਪੋ ਆਪਣੀ ਵਾਰੀ ਵੀ ਇਸ ਸੰਸਾਰ ਤੋਂ ਨੱਡਾ ਮਤਲਬ ਬੱਚਾ ਬੱਚਾ ਹੋਵੇ ਚਾਹੇ ਬੁੱਢਾ ਹੋਵੇ ਇਹ ਸਾਰੇ ਮਰਦੇ ਆ ਕੋਈ ਨਹੀਂ ਰਹਿੰਦਾ ਕੀ ਬੀਬੀ ਕੀ ਬਾਂਦੀ ਲੌਂਡੀ ਕੀ ਧੋਬਣ ਪਠਿਆਰ ਤੁਹਾਡੀ ਆਪਣੀ ਇਸਤਰੀ ਹੋਵੇ ਤੁਹਾਡੀ ਦਾਸੀ ਹੋਵੇ ਕੋਈ ਧੋਬਣ ਹੋਵੇ ਜਾਂ ਪੱਠੀ ਪਠਿਆਰੀ ਧੋਬਣ ਪਠਿਆਰੀ ਜਾਂ ਪੱਠੀ ਤੇ ਦਾਣੇ ਭੁੰਨਣ ਵਾਲੀ ਹੋਵੇ pau ਉਜ ਨੀਚ ਹਰ ਪ੍ਰਕਾਰ ਦੇ ਲੋਕਾਂ ਨੂੰ ਇੱਥੋਂ ਜਾਣਾ ਪੈਂਦਾ ਹੈ ਅਮਲਾ ਸੇਤੀ ਹੋਣ ਦੇ ਮੇਲੇ ਜਿਨ੍ਹਾਂ ਨੇ ਚੰਗੇ ਅਮਲ ਕੀਤੇ ਐ ਇਸ ਦੁਨੀਆ ਤੇ ਉਹਨਾਂ ਦਾ ਹੀ ਉਹਨਾਂ ਦਾ ਹੀ ਪਾਰ ਉਤਾਰਾ ਹੁੰਦਾ ਹੈ ਨਵੀਂ ਲੰਗਾਵੇ ਭਾਰ ਤੇ ਸਾਡਾ ਜਿਹੜਾ ਪੈਗੰਬਰ ਆ ਮੁਹੰਮਦ ਸਾਹਿਬ ਉਹ ਸਾਨੂੰ ਪਾਰ ਲਗਾਉਂਦੇ ਆ ਵਾਹ ਵਾਹ ਛਿੰਝ ਪਈ ਦਰਬਾਰ ਬੁੱਲਾ ਸ਼ਾਹ ਨੂੰ ਵੇਖਣ ਜਾਵੇ ਆਪਣਾ ਬਹਾਨਾ ਕਰਦਾ ਬੁੱਲੇ ਸ਼ਾਹ ਕੋਈ ਨਾ ਕੋਈ ਬਹਾਨਾ ਲਾ ਕੇ ਆਪਣੇ ਪ੍ਰੀਤਮ ਨੂੰ ਮਿਲਣਾ ਚਾਹੁੰਦਾ ਆ ਆਪਣੇ ਪ੍ਰਭੂ ਨੂੰ ਮਿਲਣਾ ਚਾਹੁੰਦਾ ਆ ਗੁਣਾ ਗੁਣੀ ਭਾਂਡੇ ਕੜ ਕੇ ਠਿਕਰੀਆਂ ਕਰ ਦਦਾ ਉਹ ਰੰਗ ਬਰੰਗੇ ਭਾਂਡੇ ਬਣਾਉਂਦਾ ਹੈ ਜੀ ਫਿਰ ਆਪ ਹੀ ਉਹਨਾਂ ਨੂੰ ਤੋੜ ਦਿੰਦਾ ਹੈ ਉਹਨਾਂ ਦੀਆਂ ਠਿਕਰੀਆਂ ਬਣਾ ਦਿੰਦਾ ਹੈ ਇਹ ਤਮਾਸ਼ਾ ਵੇਖ ਕੇ ਚੱਲ ਅਗਲਾ ਦੇਖ ਬਾਜ਼ਾਰ ਉਹ ਬੀਸਿਕਲੀ ਉਹ ਇਸ ਦੁਨੀਆ ਦਾ ਤਮਾਸ਼ਾ ਦੇਖ ਕੇ ਅਗਲਾ ਤਮਾਸ਼ਾ ਅਗਲੇ ਦੇਸ਼ ਵਿੱਚ ਜਾਣਾ ਚਾਹੁੰਦਾ ਆ ਪ੍ਰਭੂ ਦੇ ਦਰਬਾਰ ਵਿੱਚ ਜਾਣਾ ਚਾਹੁੰਦਾ ਆ ਵਾ ਵਾ ਛਿੰਝ ਪਈ ਦਰਬਾਰ ਅਗੇ ਦੇਖੋ ਜੀ ਵੱਲ ਪਰਦੇ ਵਿੱਚ ਪਾਇਆ ਯਾਰ ਪ੍ਰਭੂ ਤੇ ਇਹਰਾ ਇਨਸਾਨ ਆ ਉਹਦੇ ਵਿੱਚ ਪਰਦਾ ਸੀ ਰੱਬ ਲੁਕਿਆ ਹੋਇਆ ਸੀ ਤੇ ਇਹ ਪਰਦੇ ਵਿੱਚ ਹੁਣ ਵੱਲ ਪੈ ਰਿਹਾ ਜੀ ਵੱਲ ਪੈ ਰਿਆ ਤਾਂ ਮਤਲਬ ਕਿ ਇਹ ਪਰਦਾ ਹੁਣ ਹਟ ਰਿਹਾ ਆ ਤੇ ਮੈਨੂੰ ਆਪਣੇ ਪ੍ਰੀਤਮ ਦੇ دیدار ਹੋ ਰਹੇ ਆ ਵੱਲ ਪਰਦੇ ਵਿੱਚ ਪਾਇਆ ਜਾਂ ਆਪੇ ਮਿਲ ਮਿਲਾਇਆ ਏ ਵੀ ਮੇਰੇ ਮੁਰਸ਼ਿਦ ਨੇ ਮੈਨੂੰ ਸਹੀ ਗਿਆਨ ਦਿੱਤਾ ਤਰੀਕਾ ਦੱਸਿਆ ਤੇ ਫਿਰ ਮੇਰਾ ਤੇ ਮੇਰੇ ਪ੍ਰੀਤਮ ਵਿਚਲਾ ਪਰਦਾ ਹਟ ਗਿਆ ਤੇ ਮੇਲ ਹੋਇਆ ਜੀ ਬਿਰਹੋਂ ਦੀਆਂ ਘੜੀਆਂ ਸਮਾਪਤ ਹੋਈਆਂ ਹੁਣ ਮੈਂ ਮੋਈਨੀ ਮੇਰੀਏ ਮਾਏ ਮੇਰੀ ਪੂਣੀ ਲੈ ਗਿਆ ਕਾਂ ਪੂਣੀ ਸਵਾਸਾਂ ਦੀ ਪੂਣੀ ਕਾਂ ਕੀ ਹੈ ਜੀ ਕਾਲ ਕਾਲ ਮਤਲਬ ਮੌਤ ਰੂਪੀ ਕਾਲ ਮੌਤ ਮੇਰੀ ਸਾਹ ਨੂੰ ਮੇਰੇ ਸਵਾਸਾਂ ਦੀ ਪੂਣੀ ਨੂੰ ਜਾਂ ਮੇਰੇ ਸਿੰਪਲੀ ਸਾਹ ਲੈ ਜਾ ਰਹੇ ਹਾਂ ਬਾਪ ਮੇਰੀ ਜ਼ਿੰਦਗੀ ਮੁੱਕ ਰਹੀ ਆ ਪੂਣੀ ਕੀ ਹੁੰਦਾ ਜੀ ਜਿਹੜਾ ਚੜਖਾ ਕੱਤਣ ਲਈ ਰੂ ਦੇ ਗੁੱਛਾ ਜਿਆ ਹੁੰਦਾ ਉਹਨਾਂ ਕਨੇ ਪੂਣੀ ਤਾਂ ਪੂਣੀ ਨੂੰ ਕਾਂ ਚੱਕ ਕੇ ਲੈ ਗਿਆ ਤੇ ਇੱਥੇ ਪੂਣੀ ਪ੍ਰਤੀਕਾ ਸਾਹਾਂ ਦਾ ਜਿੰਦਗੀ ਦੇ ਸਾਹ ਮੁੱਕਦੇ ਜਾ ਰਹੇ ਆ ਮੌਤ ਰੂਪੀ ਕਾਂ ਇਸ ਨੂੰ ਲੈ ਕੇ ਜਾ ਰਿਹਾ ਆ ਪਿੱਛੇ ਡੋਂ ਡੋਂ ਕਰਦੀ ਜਾਂ ਉਹਦੇ ਪਿੱਛੇ ਮੈਂ ਖੱਪਦੀ ਆ ਕਾਂ ਦੇ ਪਿੱਛੇ ਮੈਂ ਜਾਂਦੀ ਆ ਕਿ ਮੇਰੀ ਪੂਣੀਆ ਮੈਨੂੰ ਵਾਪਸ ਦੇ ਆਪ ਇਨਸਾਨ ਖੱਪਦਾ ਆ ਇਹ ਕੋਸ਼ਿਸ਼ ਕਰਦਾ ਆ ਕਿ ਮੇਰੇ ਸਾਹ ਚੱਲਦੇ ਰਹਿਣ ਜਿਸ ਮੇਰਾ ਵਤਨ ਛੁਡਾਇਆ ਏ ਠੀਕ ਹੈ ਜੀ ਮੇਰਾ ਵਤਨ ਛੁਡਾਇਆ ਮਤਲਬ ਇਹ ਇਹ ਵਾਲਾ ਸੰਸਾਰ ਇਹ ਵਾਲਾ ਸੰਸਾਰ ਮੈਂ ਛੱਡ ਕੇ ਹੁਣ ਚੱਲੀ ਆ ਮੇਰੇ ਸਾਹ ਮੋਕੂ ਦੇ ਪਇਆ ਵੱਲ ਪਰਦੇ ਵਿੱਚ ਪਾਇਆ ਯਾਰ ਆਪੇ ਮੇਲ ਮਿਲਾਇਆ ਕਾਵਾ ਪੂਣੀ ਦੇ ਪਿਆਰ ਦੇ ਨਾਂ ਏ ਕਾ ਪੂਣੀ ਦੇ ਪਿਆ ਦੇ ਨਾ ਮੇਰੇ ਪ੍ਰੀਤਮ ਦੇ ਦਾ ਵਾਸਤਾ ਤੈਨੂੰ ਕੋ ਮੇਰੇ ਕੋ ਮੇਰੇ ਸਾਹ ਮੈਨੂੰ ਦੇ ਦੇ ਮੇਰੀ ਪੂਣੀਆਂ ਮੈਨੂੰ ਦੇ ਦੇ ਤੇਰੀਆਂ ਮਿੰਤਾ ਕਰਦੀ ਹਾਂ ਮੈਂ ਤੇਰੀਆਂ ਮਿੰਤਾ ਕਰਦੀ ਹਾਂ ਜਦ ਬਾ ਤੇਰੀਆਂ ਜਾਂਦੀ ਹਾਂ ਤੇਰੀਆਂ ਸੱਟਾਂ ਮੈਂ ਜਾਂਦੀ ਹਾਂ ਜਿਸ ਮੈਨੂੰ ਦੂਰ ਕਰਾਇਆ ਏ ਠੀਕ ਹੈ ਜੀ ਇੱਥੇ ਇਹ ਗੱਲ ਕਹੀ ਗਈ ਆ ਕਿ ਪ੍ਰਭੂ ਦੇ ਪ੍ਰੇਮ ਵਿੱਚ ਇਸ਼ਕ ਵਿੱਚ ਸਾਨੂੰ ਕਈ ਪ੍ਰਕਾਰ ਦੀਆਂ ਸੱਟਾਂ ਚੱਲਣੀਆਂ ਪੈਂਦੀਆਂ ਆ ਖਾਸ ਕਰਕੇ ਕਿਹੜੀਆਂ ਅਪਸਰਤਾ ਬਿਰਹੋ ਦੀਆਂ ਵਿਛੋੜੇ ਦੀਆਂ ਸੱਟਾਂ ਠੀਕ ਪਰ ਫਿਰ ਵੀ ਅਸੀਂ ਚਾਹੁੰਦੇ ਆ ਕਿ ਸਾਡਾ ਸਾਡੇ ਪ੍ਰੀਤਮ ਨਾਲ ਮਿਲਾਪ ਹੋਵੇ ਠੀਕ ਵੱਲ ਪਰਦੇ ਵਿੱਚ ਪਾਇਆ ਜਾ ਆਪੇ ਮਿਲ ਮਿਲਾਇਆਏ ਹੁਣ ਮੈਨੂੰ ਪਲਾ ਨਾ ਲੱਗਦਾ ਸ਼ੋਰ ਇਹ ਦੁਨੀਆ ਦਾ ਸ਼ੋਰ ਰੰਗ ਤਮਾਸ਼ਾ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਚਾਹੁੰਦਾ ਕਿ ਮੇਰਿਆ ਮੇਰੇ ਪ੍ਰੀਤਮ ਨਾਲ ਮਿਲਾਪ ਹੋਵੇ ਮੈਂ ਘਰ ਖਿੜਿਆ ਸਗੂਫਾ ਹੋੜ ਮੇਰੇ ਘਰ ਫੁੱਲਾਂ ਦਾ ਹੋੜ ਪੁੱਲਾ ਦਾ ਗੁੱਛਾ ਕਿੜਿਆ ਹੈ ਪਾਪ ਮੈਨੂੰ ਕੋ ਪ੍ਰੀਤ ਲੱਗੀ ਹੋਈ ਹੈ ਇਸ ਕਰਕੇ ਇਹ ਦੁਨੀਆ ਇਹ ਦੁਨੀਆ ਵਿੱਚ ਮੇਰਾ ਮਨ ਨਹੀਂ ਲੱਗਦਾ ਮੈਂ ਮਿਲਾਪ ਕਰਨਾ ਚਾਹੁੰਦਾ ਹਾਂ ਵੇ ਨਾ ਤੇ ਨਾ ਸੇ ਬੇ ਤੇ ਸੇ ਇਹ ਕੀ ਹੈ ਜੀ ਫਾਰਸੀ ਦੇ ਅੱਖਰ ਇੱਥੇ ਸਿੰਬਲ ਆ ਕਿ ਮੈਨੂੰ ਕੋਈ ਹੋਰ ਗੱਲ ਨਹੀਂ ਚੰਗੀ ਲੱਗਦੀ ਨਾ ਹੋਲ ਬੇ ਨਾ ਤੇ ਨਾ ਸੇ ਨਾ ਹੋਲ ਇੱਕੋ ਅਲਫ ਪੜਾਇਆ ਹੈ ਹਲਕ ਮਤਲਬ ਅੱਲਾ ਅੱਖਰ ਰੱਬ ਵੀ ਮੈਂ ਕਿਸੇ ਕਿਸੇ ਹੋਰ ਪਾਸੇ ਮੇਰਾ ਧਿਆਨ ਨਹੀਂ ਲੱਗਦਾ ਦੁਨੀਆ ਦੀ ਹੋਰ ਫਿਲਾਸਫੀਆਂ ਦੇ ਵੱਲ ਮੈਂ ਨਹੀਂ ਜਾ ਰਿਹਾ ਸਿੰਪਲੀ ਮੇਰਾ ਧਿਆਨ ਕਿੱਥੇ ਲੱਗਾ ਹੋਇਆ ਆ ਉਸ ਇੱਕ ਪਰਮਾਤਮਾ ਤੇ ਇੱਕ ਪਰਮਾਤਮਾ ਤੇ ਹੀ ਮੇਰਾ ਧਿਆਨ ਆ ਤੇ ਇਹ ਪਰਮਾਤਮਾ ਇੱਕੋ ਹੀ ਆ ਇਹ ਕਿਸ ਨੇ ਪੜਾਇਆ ਹੈ ਜੀ ਮੇਰੇ ਮੁਰਸ਼ਦ ਨੇ ਮੇਰੇ ਮੁਰਸ਼ਦ ਨੇ ਮੈਨੂੰ ਪੜਾਇਆ ਪੜਾ ਦਿੱਤਾ ਇਹ ਗਿਆਨ ਦੇ ਦਿੱਤਾ ਕਿ ਬੀ ਸੀ ਤੇ ਹੋਰ ਕੁਝ ਵੀ ਉਹ ਗੱਲਾਂ ਨਹੀਂ ਮੇਨ ਗੱਲ ਆ ਉਹ ਸੱਚਾ ਰੱਬ ਹੀ ਸੱਚਾ ਹੈ ਪਰਦੇ ਵਿੱਚ ਪਾਇਆ ਯਾਰ ਆਪੇ ਮਿਲ ਮਿਲਾਇਆ ਹੈ ਹੁਣ ਮੈਨੂੰ ਮਜਨੂ ਆਖੋ ਨਾ ਦਿਨ ਦਿਨ ਲੈਲਾ ਹੁੰਦੀ ਜਾਂ ਜਿਸ ਤਰ੍ਹਾਂ ਲੈਲਾ ਮਜਨ ਦੇ ਕਿੱਸੇ ਵਿੱਚ ਮਜਨੂ ਆ ਉਹ ਆਪਣੀ ਆਇਡੈਂਟੀਟੀ ਲੂਜ਼ ਕਰ ਗਿਆ ਜੀ ਤੇ ਉਹ ਕਹਿੰਦਾ ਕਿ ਮੈਨੂੰ ਮਜਨੂ ਨਾ ਆਖੋ ਮੈਨੂੰ ਲੈਲਾ ਕਹੋ ਕਿਉਂਕਿ ਮੈਂ ਮੈਂ ਲੈਲਾ ਨੂੰ ਹੀ ਆਪਣੇ ਤਨਮਨ ਵਿੱਚ ਮਹਿਸੂਸ ਕਰਦਾ ਹਾਂ ਤਾਂ ਇੱਥੇ ਮੁਲੇਸ਼ਾ ਵੀ ਇਹੀ ਕਹਿੰਦੀ ਹੈ ਕਿ ਮੈਨੂੰ ਮੇਰੇ ਪ੍ਰੀਤਮ ਦੇ ਨਾਲ ਨਾਲ ਸੰਬੋਧਨ ਕਰੋ ਡੇਰਾ ਜਾਰ ਬਣਾਏ ਤਾਂ ਇਹ ਤੰਦ ਬੰਗਲਾ ਬਣਾਇਆ ਏ ਕਿ ਇਹ ਮੇਰਾ ਸ਼ਰੀਰ ਇਸ ਵਿੱਚ ਇਸ ਵਿੱਚ ਉਹ ਪ੍ਰੀਤਮ ਆ ਕੇ ਬਸੇ ਇਹਨੂੰ ਬੰਗਲਾ ਸਮਝੇ ਤਾਂ ਇਹਦੇ ਵਿੱਚ ਆ ਕੇ ਆਪਣਾ ਡੇਟਾ ਬਣਾਏ ਪਾਪ ਮੇਰੇ ਵਿੱਚ ਆ ਕੇ ਸਮਾਏ ਪਾਪ ਮੈਨੂੰ ਮੈਨੂੰ ਮਲਾਪ ਦੀ ਅਵਸਥਾ ਪ੍ਰੋਵਾਈਡ ਕਰਾਏ ਮੇਰਾ ਪ੍ਰੀਤਮ ਵੱਲ ਪਰਦੇ ਵਿੱਚ ਪਾਇਆ ਯਾਰ ਆਪੇ ਮਿਲ ਮਿਲਾਇਆਏ ਮੁੱਲਾ ਇਨਾਇਤ ਕਰੇ ਹਜ਼ਾਰ ਇਹੋ ਕੌਲ ਇਹੋ ਇਕਰਾਰ ਵੱਲ ਪਰਦੇ ਵਿੱਚ ਪਾਇਆ ਯਾਰ ਆਪੇ ਮਿਲ ਮਿਲਾਇਆਏ ਠੀਕ ਹੈ ਜੀ इस तरह जरा मेरा, मेरा शाह अनायत आ करे हजार जोड़ा मेरा मुरशदा करे हजार उसने मेरे कई मेहर की कई हज़ार मेहर की इहो कौल एह इकरार मेरा यही वादा है मेरा यही एह कौल एक इकरार की होंगे जी वादा कि मैं है जी उस रब टेक रखागा तो उस सच्चे रब न ही प्रीत पाव ठीक है जी वल परार आपे मेल मिलाया है अगे देखो जी 155ਵੀਂ ਆਖਰੀ ਕਾਫ਼ੀ ਆੜੇ ਵੇਖੋ ਨੀ ਪਿਆਰਾ ਵੇਖੋ ਨੀ ਪਿਆਰਾ ਮੈਨੂੰ ਸੁਪਨੇ ਚ ਛਲ ਗਿਆ ਵੀ ਉਹ ਪ੍ਰੀਤਮ ਮੇਰੇ ਸੁਪਨੇ ਵਿੱਚ ਆਇਆ ਤੇ ਮੇਰੇ ਨਾਲ ਉਸਨੇ ਪ੍ਰੇਮ ਕੀਤਾ ਤੇ ਮੈਨੂੰ ਆਪਣੇ ਮਗਰ ਲਾ ਲਿਆ ਤੇ ਇੱਕ ਪ੍ਰਕਾਰ ਮੈਨੂੰ ਮੈਨੂੰ ਛਲ ਗਿਆ ਛਲ ਗਿਆ ਜੀ ਮੈਨੂੰ ਮਗਰ ਲਾ ਲਿਆ ਮੈਨਾਂ ਪ੍ਰੀਤ ਪਾ ਲਈ ਮੈਂ ਸੋਈ ਹੋਈ ਮੁਠੀ ਆ ਮੈਂ ਸੋਈ ਹੋਈ ਲੁੱਟੀ ਗਈ ਜੀ ਮੁਠੀ ਮਤਲਬ ਲੁੱਟੀ ਗਈ ਮੈਂ ਵਾਂਗ ਜੁਲੇਖਾ ਕੁਠੀ ਆ ਤੇ ਮੈਂ ਜੁਲੇਖਾ ਵਾਂਗ ਕਿਆ ਕੀ ਆ ਜੀ ਮੈਨੂੰ ਮੈਨੂੰ ਪ੍ਰੀਤ ਲੱਗ ਗਈ ਮੈਨੂੰ ਮੈਂ ਇਸਕੇ ਵਿੱਚ ਮਾਰੀ ਗਈ ਮੈਨੂੰ ਮੈਨੂੰ ਇਸ਼ਕ ਦੀ ਪ੍ਰੀਤ ਲੱਗ ਗਈ ਜੀ ਮੈਨੂੰ ਜਾਂ ਸਿੰਪਲੀ ਮੈਨੂੰ ਪ੍ਰੀਤ ਪੈ ਗਈ ਜੋ ਲੇਖਾ ਵਾਂਗ ਜੋ ਉਸ ਤੋਂ ਜਲੇਖਾਂ ਦੀ ਗੱਲ ਹੋਈ ਇੱਥੇ ਚਾ ਇਸ਼ਕ ਦੇ ਨੇ ਚਾ ਇਸ਼ਕ ਦੇ ਨੇ ਮੈਂ ਫੱਟੀਆਂ ਇਸ਼ਕ ਦੇ ਚਾ ਕਰਕੇ ਮੈਂ ਜ਼ਖਮੀ ਹੋ ਗਈ ਜੀ ਫੱਟੀਆਂ ਭਾਵ ਜ਼ਖਮੀ ਹੋ ਗਈ ਜ਼ਖਮੀ ਹੋ ਗਈ ਦਰਦ ਹੋ ਗਿਆ ਇਹਦਾ ਮਤਲਬ ਸਮਝਣਾ ਉਹੀ ਗੱਲ ਕਿ ਵਿਛੋੜੇ ਦੀ ਅਵਸਥਾ ਆ ਤੇ ਮੈਂ ਮਿਲਾਪ ਲਈ ਤਰਸਦੀ ਪਈ ਆ ਤੇ ਮੈਂ ਬਿਰਹੋਂ ਵਿੱਚ ਤੜਪਦੀ ਪਈਆਂ ਪਰ ਮੈਨੂੰ ਮਲਾਪ ਨਹੀਂ ਮਿਲਦਾ ਪਿਆ। ਮੇਰਾ ਬੰਦ-ਬੰਦ ਹੱਲ ਗਿਆ। ਬੰਦ-ਬੰਦ ਮਤਲਬ ਮਤਲਬ ਸਰੀਰ ਦਾ ਇੱਕ-ਇੱਕ ਜੋੜ ਹਿੱਲ ਗਿਆ ਹੈ ਜੀ। ਫੱਟੀ जख्मी ਹੋਈ ਬੰਦ-ਬੰਦ ਮਤਲਬ ਸਰੀਰ ਦੇ ਜੋੜ ਮੇਰੇ ਸਰੀਰ ਦੇ ਇੱਕ-ਇੱਕ ਜੋੜ ਕੀ ਹੋ ਗਿਆ ਜੀ ਹਿੱਲ ਗਏ ਆ। ਮੈਂ ਦਰਦ ਮਹਿਸੂਸ ਕਰਦੀ ਪਈਆਂ। ਵੇਖੋ ਨੀ ਪਿਆਰਾ ਮੈਨੂੰ ਸੁਪਨੇ 'ਚ ਛਲ ਗਿਆ। ਮੈਂ ਸਿਆਣੀਆਂ ਸਭ ਬੁਲਾਈਆਂ। ਮੈਂ ਔਸੀਆਂ ਸਭ ਪੁਵਾਈਆਂ ਹੁਣ ਉਸ ਪ੍ਰੀਤਮ ਦੇ ਮਲਾਪ ਲਈ। ਮੈਂ ਜਿੰਨੀਆਂ ਸਿਆਣੀਆਂ ਸਿਆਣੀਆਂ ਕੌਣ ਹੁੰਦੀਆਂ ਜੀ? ਜਿਨੂੰ ਕੋਈ ਹੋੜ-ਪੋੜ ਆਉਂਦਾ ਆ ਜਿਹੜੇ ਤੁਹਾਡੇ ਕੰਮ ਸਵਾਰ ਦਿੰਦੇ ਆ ਮੈਂ ਉਹਨਾਂ ਨੂੰ ਬੁਲਾਇਆ ਮੈਂ ਔਂਸੀਆਂ ਪਾਈਆਂ ਔਂਸੀਆਂ ਪਾਣਾ ਹੁੰਦਾ ਉੜੀਕਣਾ ਜਿਸ ਤਰ੍ਹਾਂ ਪਹਿਲਾਂ ਤਾਂ ਕਿਸੇ ਦੀ ਉੜੀਕ ਇਦਾਂ ਕੀਤੀ ਜਾਂਦੀ ਸੀ ਲੀਕਾ ਮਾਰ ਲਈਆਂ ਜਾਂਦੀਆਂ ਸੀਗੀਆਂ ਫਿਰ ਜਿੱਦਾਂ-ਜਿੱਦਾਂ ਦਿਨ ਬੀਤਦੇ ਸੀਗੇ ਤਾਂ ਉਸ ਹਿਸਾਬ ਨਾਲ ਲੀਕਾਂ ਨੂੰ ਕ੍ਰੋਸ ਕੀਤਾ ਜਾਂਦਾ ਸੀ ਤੇ ਇਹ ਸਿਗਾ ਇਹਨੂੰ ਕਹਿੰਦੇ ਔਂਸੀਆਂ ਪਾਉਣਾ ਭਾਵ ਉੜੀਕਣਾ ਜਵਾਬ ਦਿੱਤਾ ਨਜ਼ੂਮੀਆਂ ਨਜ਼ੂਮੇ ਹੁੰਦੇ ਜੀ ਨਜ਼ੂਮੀਆਂ ਕੀ ਹੋਇਆ ਜੀ ਨਜ਼ੂਮੀ ਜੋਤਸ਼ੀ ਜੋਤਸ਼ੀਆਂ ਕੋਲ ਗਈ ਉਹਨਾਂ ਨੇ ਵੀ ਮੈਨੂੰ ਜਵਾਬ ਦੇ ਦਿੱਤਾ ਉਹ ਵੀ ਮੇਰੀ ਹੈਲਪ ਨਹੀਂ ਕਰ पाए ਮੇਰੇ ਨੈਣ ਹੀ ਨੀਰ ਉੱਛਲ ਗਿਆ ਤੇ ਮੈਂ ਹੁਣ ਰੋ ਰੋ ਵਿਹਾਲ ਹੋ ਰਹੀ ਆਂ ਵੇਖੋ ਨੀ ਪਿਆਰਾ ਮੈਨੂੰ ਸੁਪਨੇ 'ਚ ਛਲ ਗਿਆ ਪਿਆ ਨੇ ਨੈਣ ਬਾਣ ਲਾ ਕੇ ਬਿਰਹੋਂ ਨੂੰ ਚਹਿ ਚਹਾ ਕੇ ਉਸ ਪ੍ਰੀਤਮ ਨੇ ਮੈਨੂੰ ਮਿਲ ਨਾਲ ਪ੍ਰੇਮ ਪਾਇਆ ਤੇ ਫਿਰ ਬਾਅਦ ਵਿੱਚ ਮੈਨੂੰ ਬਿਰਹੋਂ ਵਿੱਚ ਛੱਡ ਦਿੱਤਾ ਵਿਛੋੜੇ ਵਿੱਚ ਛੱਡ ਦਿੱਤਾ ਫਰਹਾਦ ਕੋ ਕਟਾ ਕੇ ਸੀ ਸਿਰੀ ਸੌ ਰਲ ਗਿਆ ਸੀਰੀ ਤੇ ਫਰਹਾਦ ਦੀ ਕਹਾਣੀ ਵਿੱਚ ਇਹ ਗੱਲ ਸੀ ਕਿ ਫਰਹਾਦ ਨੇ ਸੀਰੀ ਲਈ ਇਹ ਪਹਾੜ ਕੋ ਮਤਲਬ ਪਹਾੜ ਪਹਾੜ ਕੱਟ ਦਿੱਤਾ ਸੀ ਪਰ ਫਿਰ ਵੀ ਉਹ ਸੀਰੀ ਨੂੰ ਮਿਲ ਨਹੀਂ ਸਕੇਆ ਐਂਡ ਵਿੱਚ ਕਿਉਂ ਹੈ ਜੀ ਉਹ ਮਰ ਕੇ ਹੀ ਦੋਹਾਂ ਦਾ ਮੁਲਾਕਾਪ ਹੋਇਆ ਸੀ ਸਿੰਪਲੀ ਗੱਲ ਕਹੀਏ ਕਿ ਇੰਨੀਆਂ ਕਟਨਾਈਆਂ ਸੈਨ ਤੋਂ ਬਾਅਦ ਵੀ ਇਹਨਾਂ ਦਾ ਮੁਲਾਕਾਪ ਨਹੀਂ ਹੋ ਸਕਿਆ ਸੀ ਇਸ ਦੁਨੀਆ ਵਿੱਚ ਤੇ ਇੰਨੀਆਂ ਕਟਨਾਈਆਂ ਇਸ ਦੇ ਵਿੱਚ ਹੁੰਦੀਆਂ ਆ ਤੇ ਮੁਲਾਕਾਪ ਕਿਸ ਤਰ੍ਹਾਂ ਹੋਇਆ ਜੀ ਮਰਨ ਤੋਂ ਬਾਅਦ ਹੀ ਅੰਤ ਮਰ ਕੇ ਹੀ ਉਹ ਇਕੱਠੇ ਹੋਏ ਵਿਕੋਨੀ ਪਿਆਰਾ ਮੈਨੂੰ ਸੁਪਨੇ ਚ ਛਲ ਗਿਆ ਬੁੱਲਾ ਆਪ ਤੋਂ ਲਵਾਈਦਾ ਸ਼ੌਅ ਇਨਾਇਤ ਹੈ ਪਾਇਦਾ ਜਦੋਂ ਮੈਨੂੰ ਮੇਰਾ ਮੁਰਸ਼ਿਦ ਮਿਲਿਆ ਉਸਨੇ ਮੈਨੂੰ ਸਹੀ ਰਸਤਾ ਦੱਸਿਆ ਵੀ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਪਾਉਣਾ ਹੈ ਤੇ ਆਪ ਤੋਂ ਲਵਾਈਦਾ ਵੀ ਉਹ ਪ੍ਰਮਾਤਮਾ ਤਦੋਂ ਲੱਭਦਾ ਹੈ ਜਦੋਂ ਮੇਰਾ ਮੁਰਸ਼ਿਦ ਮੈਨੂੰ ਮਿਲੇਗਾ ਸਾਡਾ ਮੁਰਸ਼ਿਦ ਰਾਤ ਆਸਦਾ ਜਦੋਂ ਨੇੜੇ ਹੀ ਪਛਤਾਈਦਾ ਉਹ ਸਾਡੇ ਲੱਗ ਗਈ ਆ ਪਰ ਸਾਨੂੰ ਪਤਾ ਨਹੀਂ ਚੱਲਦਾ ਤੇ ਅਸੀਂ ਪਛਤਾਉਨੇ ਰਹਨੇ ਆ ਜਦੋਂ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਆਹ ਤਰੀਕਾ ਸੀ ਫਿਰ ਅਸੀਂ ਪਛਤਾਉਨੇ ਆ ਕਿ ਯਾਰ ਰੱਬ ਤਾਂ ਸਾਡੇ ਨੇੜੇ ਹੀ ਸੀ ਅਤੇ ਫਿਰ ਵੀ ਉਹਨੂੰ ਪਾ ਨਹੀਂ ਸਕੇ ਬੁੱਲਾ ਅੱਜ ਸ਼ੌਕ ਮਿਲ ਗਿਆ ਤੇ ਅੱਜ ਉਹ ਪ੍ਰੀਤਮ ਇਹਨੂੰ ਮਿਲ ਗਿਆ ਕਿਉਂ ਕਿ ਮੈਨੂੰ ਸ਼ਾ ਅਨਾਇਤ ਨੇ ਮੇਰਾ ਹੱਥ ਫੜਿਆ ਜੀ ਮੈਨੂੰ ਸਹੀ ਰਾਹ ਦੱਸਿਆ ਵੇਖੋ ਨਹੀਂ ਪਿਆਰਾ ਮੈਨੂੰ ਸੁਪਨੇ 'ਚ ਛਲ ਗਿਆ ਜੀ ਠੀਕ ਆ ਜੀ ਇਸ ਦੇ ਨਾਲ ਹੀ ਸਾਡੀਆਂ 156 ਦੀਆਂ 156 ਕਾਫੀਆਂ ਪੂਰੀਆਂ ਹੁੰਦੀਆਂ ਜੀ ਸਮਾਪਤੀ ਹੁੰਦੀ ਹੈ ਇੱਥੇ ਇਹ ਦੇ ਵਿੱਚੋਂ ਤੁਹਾਨੂੰ ਵਿਆਖਿਆ ਆਉਣੀ ਆ ਇਹਨਾਂ ਰੱਜਮੀ ਵਿਆਖਿਆ ਹੋਣੀਆਂ ਜੀ 10 ਨੰਬਰ ਦੀ ਵਿਆਖਿਆ ਤਾਂ ਆਣੀ ਹੀ ਆਣੀ ਆ ਬਾਕੀ ਤੁਸੀਂ ਕਾਫੀਆਂ ਪੜੀਆਂ ਹੋਏ ਹੋ ਗਈਆਂ ਤੇ ਤੁਹਾਨੂੰ ਬੇਸਿਕ ਅੰਡਰਸਟੈਂਡਿੰਗ ਹੋਏਗੀ ਤੇ ਬੁੱਲੇ ਸ਼ਾਹ ਜੀ ਦੇ ਉੱਤੇ ਜੋ ਵੀ ਪ੍ਰਸ਼ਨ ਬਣਦਾ ਹੋਏਗਾ ਤੁਸੀਂ ਵੈਸੇ ਵੀ ਕਰ ਸਕਦੇ ਆ ਤੇ ਅਲੱਗ ਤੌਰ ਤੇ ਵੀ ਮੈਂ ਕਈ ਪ੍ਰਸ਼ਨ ਕਰਾਏ ਹੋਏ ਆ ਜੀ ਤੇ ਆਲਮੋਸਟ ਸਾਡਾ ਬੁੱਲੇ ਸ਼ਾਹ ਵਾਲਾ ਟੌਪਿਕ ਕੰਪਲੀਟ ਹੋ ਗਿਆ ਜੀ ਤੇ ਇਹਨਾਂ ਨੂੰ ਤੁਸੀਂ ਪੜ੍ਹ ਲੈਣਾ ਸਮਝ ਲੈਣਾ ਜੀ ਇੱਥੇ ਹੀ ਸਮਾਪਤੀ ਕਰਦੇ ਆ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ